बसमिल नाजरीन ऐसे व्यू पॉइंट तो तेजे ना दोस्त शकील अंजम थोड़े वास्ते बड़ी खूबसूरत छोटी जी वीडियो लेके आए हैं ਮਾਸ਼ਾਅੱਲਾ ਸਭ ਭਾਈਆਂ ਦੀਆਂ ਦੁਆਵਾਂ ਦੇ ਨਾਲ ਅਸੀਂ ਖੁਦ ਇੱਕ ਛੋਟਾ ਜਿਹਾ ਬਿਜ਼ਨਸ ਸਟਾਰਟ ਕੀਤਾ ਹੈ ਆਪਣਾ ਇੱਕ ਛੋਟਾ ਜਿਹਾ ਫਾਰਮ ਦੇਸੀ ਤਰੀਕੇ ਦੇ ਨਾਲ ਤਿਆਰ ਕੀਤਾ ਹੈ ਉਹ ਫਾਰਮ ਤੁਹਾਨੂੰ ਦਿਖਾਣੇ ਆਂ ਔਰ ਜਿਹੜੇ ਅਸੀਂ ਐਨੀਮਲ ਪਹਿਲੀ ਦਫਾ ਲੈ ਕੇ ਆਏ ਆ ਕਿੰਨੇ ਐਨੀਮਲ ਨੇ ਸਾਰੇ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਖਾਣੇ ਆਂ ਔਰ ਦੱਸਦੇ ਆਂ ਇਸ ਤੋਂ ਪਹਿਰੇ ਤੁਸੀਂ ਇਸ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰ ਲਓ ਤੁਹਾਡੀ ਬੜੀ ਮਿਹਰਬਾਨੀ ਔਰ ਸਾਰੇ ਸਭ ਭਾਈਆਂ ਦੀਆਂ ਦੁਆਵਾਂ ਦੇ ਨਾਲ ਦੇਖੋ ਜੀ ਮਾਸ਼ਾਅੱਲਾ ਚੂਨਾ ਵਗੈਰਾ ਪਾਤਾ ਹੈ ਅਸੀਂ ਸਾਰਾ ਫਾਰਮ ਦੇ ਉੱਤੇ ਔਰ ਸਾਰਾ ਖਲਾਰ ਦਿੱਤਾ ਹੈ ਤਾਂ ਕਿ ਜਿਹੜੇ ਜਾਨਵਰ ਆਣਗੇ ਉਹਨਾਂ ਦੇ ਪੈਰਾਂ ਦੇ ਨਾਲ ਜਿਹੜਾ ਸੀਂ ਵਗੈਰਾ ਹੁੰਦਾ ਨੇ ਉਹ ਚੂਨਾ ਪਾ ਦੇਣਾ ਅੱਛੀ ਗੱਲ ਹੁੰਦੀ ਹੈ ਔਰ ਬਾਕੀ ਮਾਸ਼ਾਅੱਲਾ ਇਹ ਸਾਰਾ ਸਾਡਾ ਸੋਟਲ 16 ਛਾਟਾ ਪਾਇਆ ਹੋਆ ਤੁਸੀਂ ਸਾਡੇ ਜਾਨਵਰ ਦੇਖੋ ਮਾਸ਼ਾਅੱਲਾ ਕਿੰਨੇ ਪਛੇ ਨੇ ਪਿਆਰੇ ਨੇ ਇਹ ਜੀ ਮਾਸ਼ਾਅੱਲਾ 17 ਐਨੀਮਲ ਅਸੀਂ ਅਸੀਂ ਪਹਿਲੀ ਦਫਾ ਤੁਹਾਡੇ ਲੈ ਕੇ ਆਏ ਹਾਂ ਇਹ ਮਲਤਾਨ ਮੰਡੀ ਤੋਂ ਮਾਸ਼ਾਅੱਲਾ ਅਸੀਂ ਪਰਚੇਸ ਕੀਤੇ ਨੇ ਤੇ ਇਸ ਨੂੰ ਇਨਸ਼ਾਅੱਲਾ ਅਸੀਂ 2 ਮਹੀਨੇ ਆਪਣੇ ਕੋਲ ਇਥੇ ਫਾਰਮ ਤੇ ਰੱਖਾਂਗੇ ਔਰ ਅੱਗੇ ਵੀ ਤੁਹਾਨੂੰ ਇਨਸ਼ਾਅੱਲਾ ਪੂਰੀ ਵੀਡੀਓ ਦੇ ਵਿੱਚ ਸਾਨੂੰ ਇਸ ਤਰ੍ਹਾਂ ਸਟੈਪ ਬਾਈ ਸਟੈਪ ਦੱਸਦੇ ਜਾਵਾਂਗੇ ਇਹਨਾਂ ਦੀ ਖੁਰਾਕ ਦੇ ਬਾਰੇ ਔਰ ਇਹਨਾਂ ਦੀ ਜਿਹੜੀ ਅਸੀਂ ਵੈਕਸੀਨੇਸ਼ਨ ਕਰਨੀ ਹੁੰਦੀ ਹੈ ਬਾਰੇ ਅਗਲੀ ਅਸੀਂ ਵੀਡੀਓ ਦੀ ਵੈਕਸੀਨੇਸ਼ਨ ਤੇ ਬਣਾਵਾਂਗੇ ਫਿਰ ਉਸ ਤੋਂ ਅਗਲੀ ਵੀਡੀਓ ਜਿਹੜੀ ਹੈ ਤੇ ਵੀਡੀਓ ਤੁਹਾਨੂੰ ਇਨਸ਼ਾਅੱਲਾ ਇਸ ਚੈਨਲ ਤੋਂ ਪਲੇਟਫਾਰਮ ਤੋਂ ਮਿਲਦੀ ਰਹੇਗੀ ਸਭ ਸੁਣਨ ਵਾਲਿਆਂ ਦਾ ਬਹੁਤ ਸ਼ੁਕਰੀਆ ਦੇਖਣ ਵਾਲਾ ਬਹੁਤ ਸ਼ੁਕਰੀਆ ਤੇ ਜਾਂਦੀ ਵਾਰੀ ਸਭ ਆਪਣਿਆਂ ਵਾਸਤੇ ਗੁਜ਼ਾਰਿਸ਼ ਹੈ ਕਿ ਇਸ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਬੜੀ ਮਿਹਰਬਾਨੀ ਜਿੰਦੇ ਵਸਦੇ ਰਹੋ ਔਰ ਦੁਆ ਕਰਨਾ ਕਿ ਅੱਲਾਹ ਪਾਕ ਇਸ ਕਾਰੋਬਾਰ ਦੇ ਵਿੱਚ ਬਰਕਤ ਪਾਏ ਅਮਨ